ਸੋ ਅੱਜ ਕੱਲ੍ਹ ਇੱਕ ਚੀਜ਼ ਪੂਰੀ ਚਰਚਾ ਦੇ ਵਿੱਚ ਹੈ ਜਿਸਦਾ ਕਿ ਪ੍ਰਕੋਪ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਕਰੋਨਾ ਵਾਇਰਸ ਦੇ ਬਾਰੇ, ਅਤੇ ਜਿੱਥੇ ਕਿ ਇਸ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਸਤਰਕ ਹੈ, ਅਤੇ ਉੱਥੇ ਹੀ ਸਾਡੀ ਪੰਜਾਬੀ ਇੰਡਸਟਰੀ ਦਾ ਜੱਟ ਟਿੰਕਾ ਵੀ ਪੂਰਾ ਸਤਰਕ ਹੋ ਗਿਆ, ਅਤੇ ਇਸ ਨੂੰ ਲੈ ਕੇ ਆਪਣੇ ਫਨੀ ਅੰਦਾਜ਼ ਦੇ ਵਿੱਚ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਹਰੀਸ਼ ਵਰਮਾ ਦੀ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ, ਹਰੀਸ਼ ਵਰਮਾ ਇੱਕ ਅਜਿਹਾ ਹੀ ਗਾਣਾ ਲੈ ਕੇ ਆ ਰਹੇ ਨੇ ਜਿਸ ਦੇ ਵਿੱਚ ਕਿ ਅਜਿਹੀ ਚੀਜ਼ ਦੀ ਵਰਤੋਂ ਕੀਤੀ ਜਾਵੇਗੀ ਜੋ ਕਿ ਸਾਨੂੰ ਕਰੋਨਾ ਵਾਇਰਸ ਤੋਂ ਬਚਾਉਂਦੀ ਹੈ। ਜੀ ਹਾਂ, ਇਸ ਗੱਲ ਦੀ ਇਨਫੋਰਮੇਸ਼ਨ ਉਹਨਾਂ ਨੇ ਖੁਦ ਆਪਣੇ ਆਫੀਸ਼ੀਅਲ ਇੰਸਟਾ ਅਕਾਊਂਟ 'ਤੇ ਇੱਕ ਸਟੋਰੀ ਸ਼ੇਅਰ ਕਰਕੇ ਦਿੱਤੀ। ਸੋ ਪਹਿਲਾਂ ਤਾਂ ਤੁਸੀਂ ਵੀ ਚੈੱਕ ਕਰੋ ਇਹ ਸਟੋਰੀ। ਨਵਾਂ ਗਾਣਾ ਰਿਲੀਜ਼ ਕਰਨ ਦੀ ਸੋਚ ਰਹੇ ਹਾਂ, ਗੈਸ ਕਰੋ ਕਿਸ ਜੈਨਰ ਦਾ ਹੋ। ਸੌਂਗ 'ਚ ਜਿਹੜੀ ਚੀਜ਼ ਵਰਤੀ ਹੈ ਉਹ ਕਰੋਨਾ ਤੋਂ ਬਚਾਉਂਦੀ ਹੈ। ਸੋ ਹਰੀਸ਼ ਵਰਮਾ ਦੀ ਸਟੋਰੀ ਤਾਂ ਤੁਸੀਂ ਦੇਖ ਹੀ ਲਈ ਹੈ, ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਕਿਹੜੀ ਚੀਜ਼ ਹੋ ਸਕਦੀ ਹੈ ਜੋ ਸਾਨੂੰ ਕਰੋਨਾ ਵਾਇਰਸ ਤੋਂ ਬਚਾਉਂਦੀ ਹੈ। ਮਾਸਕ ਜੋ ਮੈਂ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਉਤਾਰਿਆ, ਅਤੇ ਉਸ ਤੋਂ ਬਾਅਦ ਮੈਂ ਸੈਨੀਟਾਈਜ਼ਰ ਯੂਜ਼ ਕੀਤਾ, ਪਰ ਇਹਨਾਂ ਦੋਨਾਂ 'ਤੇ ਤਾਂ ਮੈਨੂੰ ਲੱਗਦਾ ਹੈ ਕਿ ਗਾਣਾ ਨਹੀਂ ਬਣ ਸਕਦਾ। ਹਾਂ, ਸੱਚ ਇੱਕ ਚੀਜ਼ ਤਾਂ ਰਹੇਗੀ, ਸ਼ਰਾਬ, ਜਿਸਦੀ ਕਿ ਪੂਰੀ ਚਰਚਾ ਹੋ ਰਹੀ ਹੈ ਕਿ ਇਹ ਕਰੋਨਾ ਵਾਇਰਸ ਤੋਂ ਬਚਾਉਂਦੀ ਹੈ, ਪਰ ਇਸ ਗੱਲ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲੈਣਾ ਕਿਉਂਕਿ ਅਜਿਹਾ ਕੁਝ ਵੀ ਨਹੀਂ ਹੈ। ਪਰ ਹੋ ਸਕਦਾ ਕਿ ਸਾਡਾ ਜੱਟ ਟਿੰਕਾ ਜੋ ਕਿ ਆਪਣੇ ਫਨੀ ਅੰਦਾਜ਼ ਕਰਕੇ ਪਹਿਚਾਨੇ ਜਾਂਦੇ ਨੇ, ਅਤੇ ਉਹ ਲੋਕਾਂ ਨੂੰ ਇੰਟਰਟੇਨ ਕਰਨ ਦੇ ਲਈ ਸ਼ਰਾਬ ਦੇ ਉੱਪਰ ਕੋਈ ਗਾਣਾ ਲੈ ਕੇ ਆ ਰਹੇ ਹੋਣ। ਸੋ ਖੈਰ, ਇਹ ਗਾਣਾ ਕਿਸੇ ਵੀ ਚੀਜ਼ 'ਤੇ ਹੋਵੇ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰੀਸ਼ ਵਰਮਾ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਗਾਣਾ ਲੈ ਕੇ ਆਉਣਗੇ। ਸੋ ਅਸੀਂ ਵੀ ਗੱਭਰੂ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ, ਅਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਸ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਵਾਇਰਸ ਤੋਂ ਤੁਹਾਡਾ ਅਤੇ ਸਮਾਜ ਦਾ ਬਚਾਅ ਹੋ ਸਕੇ, ਕਿਉਂਕਿ ਪ੍ਰਿਕਿਊਸ਼ਨ ਇਜ਼ ਬੈਟਰ ਦੈਨ ਕਿਓਰ। ਸੋ ਤੁਹਾਨੂੰ ਸਾਡੀ ਅੱਜ ਦੀ ਨਿਊਜ਼ ਕੀ ਮੇਰੀ ਲੱਗੀ ਮੈਨੂੰ ਨੀਚੇ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਨਿਊਜ਼ ਕੀ ਮੇਰੀ ਲੱਗੀ, ਅਤੇ ਨਾਲ ਹੀ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਕਿ ਇਹ ਗਾਣਾ ਕਿਸ ਚੀਜ਼ 'ਤੇ ਹੋ ਸਕਦਾ ਹੈ, ਅਤੇ ਇਸ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਅਤੇ ਨੀਚੇ 'ਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਪ੍ਰੈਸ ਕਰਨਾ ਨਾ ਭੁੱਲਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।